ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਅੱਜ ਕੱਲ੍ਹ ਲੋਕ ਆਪਣੀ ਰੁੱਖੀ ਬੇਜਾਨ ਤਵਚਾ ਉੱਤੇ ਤਰ੍ਹਾਂ ਤਰ੍ਹਾਂ ਦੇ ਕਰੀਮਾਂ ਲਾ ਕੇ ਉਸਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਦੀ ਕੋਸ਼ਿਸ਼ ਕਰਨ ਵਿੱਚ ਲੱਗੇ ਰਹਿੰਦੇ ਹਨ, ਲੇਕਿਨ ਅੱਜ ਕੱਲ੍ਹ ਦੇ ਕੈਮੀਕਲ ਯੁਕਤ ਕਰੀਮਾਂ ਨਾਲ ਆਪਣੀ ਅਸਲੀ ਚਮਕ ਵਾਪਸ ਪਰਤਦੀ ਨਹੀਂ ਹੈ, ਸਗੋਂ ਕਿਤੇ ਖੋ ਜਾਂਦੀ ਹੈ। ਅਗਰ ਕਦੇ ਤੁਸੀਂ ਸੋਚਿਆ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਰੀਮਾਂ ਫੇਸ਼ੀਅਲ ਨਹੀਂ ਹੁੰਦੇ ਸਨ ਤਾਂ ਔਰਤਾਂ ਕਿਸ ਤਰ੍ਹਾਂ ਨਾਲ ਆਪਣੇ ਆਪ ਨੂੰ ਖੂਬਸੂਰਤ ਬਣਾਏ ਰੱਖਦੀਆਂ ਸਨ? ਦਰਅਸਲ ਸਾਡੇ ਸਰੀਰ ਵਿੱਚ ਪਾਈ ਜਾਣ ਵਾਲੀ ਧੁੰਨੀ ਸਭ ਪਰੇਸ਼ਾਨੀਆਂ ਦਾ ਅਸਲੀ ਹੱਲ ਹੈ। ਧੁੰਨੀ ਸਾਡੇ ਸਰੀਰ ਦਾ ਮਹੱਤਵਪੂਰਨ ਭਾਗ ਹੈ ਜਿਸਦਾ ਸਿੱਧਾ ਸੰਬੰਧ ਆਪਣੇ ਚਿਹਰੇ ਦੇ ਨਾਲ ਹੁੰਦਾ ਹੈ। ਤੁਸੀਂ ਆਪਣੀ ਧੁੰਨੀ ਵਿੱਚ ਵੱਖ ਵੱਖ ਤਰ੍ਹਾਂ ਦੇ ਤੇਲ ਲਗਾ ਕੇ ਆਪਣੇ ਸਰੀਰ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਦੋਸਤੋ, ਆਈਏ ਜਾਣਦੇ ਹਨ ਉਹ ਕਿਹੜੇ ਤੇਲ ਹਨ ਜਿਨ੍ਹਾਂ ਦਾ ਆਪਣੇ ਸਰੀਰ ਨੂੰ ਕਾਫ਼ੀ ਫਾਇਦਾ ਹੈ। ਤਾਂ ਦੋਸਤੋ, ਨਾਰੀਅਲ ਦੇ ਤੇਲ ਨੂੰ ਸਾਰੇ ਤੇਲਾਂ ਦਾ ਪਿਓ ਕਿਹਾ ਜਾਂਦਾ ਹੈ, ਕਿਉਂਕਿ ਨਾਰੀਅਲ ਦੇ ਤੇਲ ਨੂੰ ਖਾਣ ਦੇ ਨਾਲ ਨਾਲ ਵਾਲਾਂ ਵਿੱਚ ਲਗਾਉਣ, ਮਸਾਜ ਕਰਨ ਅਤੇ ਤਵਚਾ ਉੱਤੇ ਲਗਾਉਣ ਵਿੱਚ ਵੀ ਕੰਮ ਵਿੱਚ ਲਿਆ ਜਾਂਦਾ ਹੈ। ਨਾਰੀਅਲ ਦੇ ਤੇਲ ਦੇ ਵਿੱਚ ਕੁਦਰਤੀ ਮੋਇਸਚਰਾਈਜ਼ਰ ਅਤੇ ਐਂਟੀ ਏਜਿੰਗ ਤੱਤ ਸ਼ਾਮਿਲ ਹੁੰਦੇ ਹਨ। ਤਾਂ ਦੋਸਤੋ, ਨਹਾਉਣ ਤੋਂ ਬਾਅਦ ਨਾਰੀਅਲ ਦੇ ਤੇਲ ਦੀਆਂ ਕੁਝ ਬੂੰਦਾਂ ਧੁੰਨੀ ਵਿੱਚ ਲਗਾਉਣ ਦੇ ਨਾਲ ਤੁਹਾਡਾ ਫੇਸ ਸਮੂਥ ਅਤੇ ਮੁਲਾਇਮ ਹੋ ਜਾਵੇਗਾ। ਤਾਂ ਦੋਸਤੋ, ਪੋਸ਼ਣ ਤੱਤਾਂ ਨਾਲ ਭਰਪੂਰ ਬਦਾਮ ਸਿਹਤ ਲਈ ਅਤੇ ਬਦਾਮ ਦਾ ਤੇਲ ਤਵਚਾ ਲਈ ਫਾਇਦੇਮੰਦ ਹੁੰਦਾ ਹੈ। ਨਾ ਕੇਵਲ ਸਿਰਫ ਇਹ ਤਵਚਾ ਵਿੱਚ ਜਾਨ ਪਾ ਦਿੰਦਾ ਹੈ, ਸਗੋਂ ਖੋਈ ਹੋਈ ਚਮਕ ਵੀ ਵਾਪਸ ਲੈ ਆਉਂਦਾ ਹੈ। ਫੇਸ ਦੀ ਖੋਈ ਹੋਈ ਰੰਗਤ ਵਾਪਸ ਲਿਆਉਣ ਲਈ ਤੁਹਾਨੂੰ ਬਦਾਮ ਦੇ ਤੇਲ ਨੂੰ ਫੇਸ ਉੱਤੇ ਸਿੱਧਾ ਲਗਾਉਣ ਦੀ ਜ਼ਰੂਰਤ ਨਹੀਂ ਹੈ। ਇਸ ਦੀਆਂ 2-4 ਬੂੰਦਾਂ ਆਪਣੀ ਧੁੰਨੀ ਵਿੱਚ ਲਗਾਓ, ਤੁਹਾਨੂੰ ਕੁਛ ਹੀ ਦਿਨਾਂ ਦੇ ਵਿੱਚ ਫਰਕ ਦਿਸਣ ਲੱਗ ਜਾਵੇਗਾ। ਤਾਂ ਦੋਸਤੋ, ਭਾਰਤੀ ਰਸੋਈਆਂ ਦਾ ਅਹਿਮ ਹਿੱਸਾ ਸਰਸੋਂ ਦਾ ਤੇਲ, ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ, ਵਿਟਾਮਿਨ ਈ ਅਤੇ ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਸ ਲਈ ਇਸ ਨੂੰ ਸਭ ਤੋਂ ਜ਼ਿਆਦਾ ਹੈਲਦੀ ਤੇਲਾਂ ਵਿੱਚੋਂ ਮੰਨਿਆ ਜਾਂਦਾ ਹੈ। ਅਤੇ ਜੇਕਰ ਦੋਸਤੋ ਤੁਸੀਂ ਫਟੇ ਬੁੱਲਾਂ ਤੋਂ ਵਿਆਕੁਲ ਹੋ ਤਾਂ ਆਪਣੀ ਧੁੰਨੀ ਵਿੱਚ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ। ਇਹ ਨਾ ਕੇਵਲ ਤੁਹਾਡੇ ਰੁੱਖੇ ਫੇਸ ਨੂੰ ਠੀਕ ਕਰੇਗਾ, ਸਗੋਂ ਇਨਫੈਕਸ਼ਨ ਨੂੰ ਵੀ ਦੂਰ ਰੱਖੇਗਾ। ਤਾਂ ਦੋਸਤੋ, ਨਿੰਬੂ ਦੇ ਤੇਲ ਦਾ ਇਸਤੇਮਾਲ ਬਾਕੀ ਤੇਲਾਂ ਦੀ ਤੁਲਨਾ ਵਿੱਚ ਘੱਟ ਮਾਤਰਾ ਵਿੱਚ ਕੀਤਾ ਜਾਂਦਾ ਹੈ, ਲੇਕਿਨ ਨਿੰਬੂ ਦੇ ਤੇਲ ਵਿੱਚ ਪਾਏ ਜਾਣ ਵਾਲੇ ਵਿਟਾਮਿਨ ਅਤੇ ਖਣਿਜ ਸਰੀਰ ਦੇ ਵਿਕਾਰਾਂ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦੇ ਹਨ। ਅਤੇ ਜੇਕਰ ਤੁਹਾਡੇ ਚਿਹਰੇ ਦੇ ਉੱਤੇ ਦਾਗ ਧੱਬੇ ਹਨ ਅਤੇ ਤੁਸੀਂ ਉਹਨਾਂ ਨੂੰ ਠੀਕ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਟ੍ਰੀਟਮੈਂਟ ਲੈ ਚੁੱਕੇ ਹੋ, ਤਾਂ ਨਿੰਬੂ ਦਾ ਤੇਲ ਇਸ ਦੇ ਲਈ ਬਹੁਤ ਹੀ ਜ਼ਿਆਦਾ ਕਾਰਗਰ ਸਾਬਤ ਹੋਵੇਗਾ। ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਨਿੰਬੂ ਦੇ ਤੇਲ ਦੀਆਂ ਕੁਝ ਬੂੰਦਾਂ ਆਪਣੀ ਧੁੰਨੀ ਦੇ ਵਿੱਚ ਪਾਓ ਅਤੇ ਕੁਛ ਹੀ ਦਿਨਾਂ ਦੇ ਵਿੱਚ ਤੁਹਾਨੂੰ ਜ਼ਿਆਦਾ ਹੀ ਫਰਕ ਦਿਖਣ ਲੱਗ ਜਾਵੇਗਾ। ਤਾਂ ਦੋਸਤੋ, ਜੈਤੂਨ ਦੇ ਤੇਲ ਨਾਲ ਮਸਾਜ ਕਰਨ ਨੂੰ ਸਰਦੀਆਂ ਦਾ ਬੈਸਟ ਟੋਨਿਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਸਾਡੇ ਸਰੀਰ ਦੇ ਵਿੱਚ ਗਰਮਾਹਟ ਪੈਦਾ ਹੁੰਦੀ ਹੈ, ਜਿਸ ਦੇ ਨਾਲ ਰਕਤ ਸੰਚਾਰ ਠੀਕ ਹੁੰਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਪੀਰੀਅਡਸ ਦੇ ਸਮੇਂ ਧੁੰਨੀ ਵਿੱਚ ਜੈਤੂਨ ਦਾ ਤੇਲ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਇਲਾਵਾ, ਜੇਕਰ ਤੁਸੀਂ ਲਗਾਤਾਰ ਇਸ ਦਾ ਯੂਜ਼ ਕਰਦੇ ਹੋ ਅਤੇ ਜੈਤੂਨ ਦੇ ਤੇਲ ਦੀਆਂ ਕੁਝ ਬੂੰਦਾਂ ਧੁੰਨੀ ਵਿੱਚ ਪਾਉਂਦੇ ਹੋ, ਤਾਂ ਇਸ ਤੋਂ ਤੁਹਾਡੀ ਪ੍ਰਜਨਨ ਸਮਰੱਥਾ ਵੀ ਵੱਧ ਜਾਵੇਗੀ। ਤਾਂ ਦੋਸਤੋ, ਇਸ ਗੱਲ ਤੋਂ ਤਾਂ ਤੁਸੀਂ ਬਿਲਕੁਲ ਹੀ ਅਣਜਾਣ ਨਹੀਂ ਹੋਵੋਗੇ ਕਿ ਨਿੰਮ ਦੇ ਤੇਲ ਦੇ ਇਸਤੇਮਾਲ ਦੇ ਕਿੰਨੇ ਜ਼ਿਆਦਾ ਫਾਇਦੇ ਹੁੰਦੇ ਹਨ। ਲੇਕਿਨ ਜੇਕਰ ਤੁਸੀਂ ਮੁਹਾਸਿਆਂ ਤੋਂ ਪਰੇਸ਼ਾਨ ਹੋ ਤਾਂ ਧੁੰਨੀ ਵਿੱਚ ਨਿੰਮ ਦੇ ਤੇਲ ਦੀਆਂ 2-4 ਬੂੰਦਾਂ ਰੋਜ਼ ਪਾਓ, ਕੁਛ ਹੀ ਦਿਨਾਂ ਦੇ ਵਿੱਚ ਮੁਹਾਸੇ ਸਾਫ਼ ਹੋ ਜਾਣਗੇ। ਇਸ ਦੇ ਇਲਾਵਾ, ਜੇਕਰ ਤੁਸੀਂ ਆਪਣੇ ਸਰੀਰ ਵਿੱਚ ਖੁਰਕ ਤੋਂ ਪਰੇਸ਼ਾਨ ਹੋ ਤਾਂ ਨਿੰਮ ਦੇ ਤੇਲ ਦੀਆਂ ਬੂੰਦਾਂ ਧੁੰਨੀ ਵਿੱਚ ਪਾ ਕੇ ਮਸਾਜ ਕਰੋ, ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਅਤੇ ਜੇਕਰ ਦੋਸਤ ਤੁਸੀਂ ਮੱਖਣ ਵਰਗੇ ਗੱਲ ਚਾਹੁੰਦੇ ਹੋ ਤਾਂ ਧੁੰਨੀ ਵਿੱਚ ਮੱਖਣ ਲਗਾਉਣਾ ਨਾ ਭੁੱਲੋ, ਇਸ ਦੇ ਨਾਲ ਤੁਹਾਡਾ ਫੇਸ ਮੁਲਾਇਮ ਹੋਵੇਗਾ, ਨਾਲ ਹੀ ਉਸ ਵਿੱਚ ਚਮਕ ਵੀ ਆਵੇਗੀ। ਤਾਂ ਦੋਸਤੋ, ਹੁਣ ਤੁਸੀਂ ਜਾਣ ਹੀ ਚੁੱਕੇ ਹੋ ਕਿ ਧੁੰਨੀ ਦੇ ਵਿੱਚ ਤੇਲ ਪਾਉਣ ਦੇ ਆਪਾਂ ਨੇ ਸਰੀਰ ਨੂੰ ਕਿੰਨੇ ਜ਼ਿਆਦਾ ਫਾਇਦੇ ਹਨ। ਤਾਂ ਦੋਸਤੋ, ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।